ਕਿਹੋ ਜਿਹਾ ਲੱਗ ਰਿਹਾ ਸਹਿਜ? ਵੀਰ ਜੀ, ਜੇ ਅੱਜ ਤੁਸੀਂ ਮੇਰੇ ਨਾਲ ਨਾ ਹੁੰਦੇ ਤੇ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ। ਮੈਂ ਤੁਹਾਡੇ ਤੋਂ ਕੁਛ ਪੁੱਛਣਾ ਚਾਹੁੰਦਾ। ਪੁੱਛ ਲਿਆ ਜੋ ਵੀ ਪੁੱਛਣਾ, ਕਿਉਂਕਿ ਅੱਜ ਤੋਂ ਬਾਅਦ ਆਪਣੀ ਮੁਲਾਕਾਤ ਨਹੀਂ ਹੋਣੀ। ਕੀ ਮਤਲਬ ਵੀਰ ਜੀ? ਮੇਰੇ ਜਾਣ ਦਾ ਵਕਤ ਹੋ ਗਿਆ। ਕੁਛ ਸਮੇਂ ਬਾਅਦ ਮੈਨੂੰ ਫਾਂਸੀ ਹੋ ਜਾਣੀ। ਫਾਂਸੀ? ਫਾਂਸੀ? ਕੀ ਤੁਸੀਂ ਫਾਂਸੀ ਤੋਂ ਬਾਅਦ ਮਰ ਜਾਓਗੇ? ਜਿਸ ਮਰਿਆ ਕਰਦੇ ਛੋਟੇ ਵੀਰ, ਸੋਚ ਨਹੀਂ। ਮੈਂ ਤਾਂ ਇੱਕ ਸੋਚ ਹਾਂ ਤੇ ਮੈਂ ਹਮੇਸ਼ਾ ਜ਼ਿੰਦਾ ਰਹੂੰਗਾ। ਹਾਂ, ਕੁਛ ਤੂੰ ਕੁਛ ਪੁੱਛਣਾ ਚਾਹੁੰਦਾ ਸੀ? ਵੀਰ ਜੀ, ਤੁਸੀਂ ਮੈਨੂੰ ਹੀ ਕਿਉਂ ਦਿਖਾਈ ਦਿੰਦੇ ਹੋ? ਬਚਪਨ ਤੋਂ ਲੈ ਕੇ ਅੱਜ ਤੱਕ ਜਦ ਵੀ ਮੇਰੇ ਉੱਤੇ ਔਖਾ ਸਮਾਂ ਆਇਆ, ਤੁਸੀਂ ਮੇਰਾ ਸਾਥ ਦਿੱਤਾ। ਕਿਉਂ, ਕੀ ਰਿਸ਼ਤਾ ਹੈ ਮੇਰਾ ਤੇ ਤੁਹਾਡਾ? ਸਹਿਜ, ਮੈਂ ਤੇ ਹਰੇਕ ਦੀ ਨਜ਼ਰ 'ਚ ਹਾਂ, ਪਰ ਵਿਖਾਈ ਉਸਨੂੰ ਦਿੰਦਾ ਜੋ ਮੈਨੂੰ ਵੇਖਣਾ ਚਾਹੁੰਦਾ। ਮੇਰੇ ਬਾਰੇ ਗੱਲਾਂ ਕਰਨ ਵਾਲੇ ਤਾਂ ਬਹੁਤ ਨੇ, ਪਰ ਪਹਿਚਾਨਣ ਵਾਲੇ ਬਹੁਤ ਘੱਟ। ਮੇਰੀਆਂ ਫੋਟੋਆਂ ਲਾਉਣ ਵਾਲੇ ਤਾਂ ਥਾਂ ਥਾਂ ਮਿਲ ਜਾਣਗੇ, ਪਰ ਮੇਰੀ ਸੋਚ ਨੂੰ ਮੰਨਣ ਵਾਲੇ ਨਹੀਂ। ਮੇਰਾ ਰਿਸ਼ਤਾ ਤਾਂ ਹਰੇਕ ਉਸ ਨਾਲ ਹੈ ਜੋ ਇਸ ਆਜ਼ਾਦ ਭਾਰਤ ਵਿੱਚ ਜਨਮ ਲੈਂਦਾ ਹੈ। ਬਹੁਤ ਦੁੱਖ ਹੁੰਦਾ ਹੈ ਜਦੋਂ ਲੋਕ ਮੇਰੇ ਨਾਂ ਤੇ ਝੂਠੇ ਨਾਅਰੇ ਲਾਉਂਦੇ ਤੇ ਝੂਠੇ ਸ਼ੇਰ ਪੜਦੇ ਆ ਸਿਰਫ ਆਪਣੇ ਮਤਲਬ ਲਈ। ਚੱਲ, ਹੁਣ ਮੇਰੇ ਜਾਣ ਦਾ ਵਕਤ ਹੋ ਗਿਆ ਹੈ। ਅੱਜ ਤੋਂ ਤੇਰਾ ਸਫ਼ਰ ਸ਼ੁਰੂ ਹੁੰਦਾ ਹੈ। ਜੇ ਕਿਧਰੇ ਮੇਰਾ ਦਿਲ ਕਰੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਤੇ ਫੇਰ? ਸਹਿਜ, ਆਪਣੇ ਆਪ ਨਾਲ ਗੱਲ ਕਰਕੇ ਵੇਖ ਲਵੇ, ਮੈਂ ਕਿਤੇ ਨਾ ਕਿਤੇ ਤੈਨੂੰ ਜਵਾਬ ਦੇ ਹੀ ਦੇਵਾਂਗਾ। ਤੇ ਵੀਰ ਜੀ, ਮੇਰੀ ਪਿਸਟਲ? ਸਹਿਜ, ਅਜੇ ਵਕਤ ਨਹੀਂ ਹੋਇਆ ਪਿਸਤੌਲ ਵਾਪਸ ਕਰਨ ਦਾ। ਅੱਜ ਇਸ ਰੇਸ ਵਿੱਚ ਪੰਜਾਬ ਦੇ ਬੈਸਟ 8 ਅਥਲੀਟਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਲਈ ਆਖਰੀ ਚਾਂਸ ਹੈ ਨੈਸ਼ਨਲ ਗੇਮਸ ਲਈ ਕੁਆਲੀਫਾਈ ਕਰਨ ਦਾ। ਇੱਕ ਮਹੀਨਾ ਪਹਿਲਾਂ ਗੰਭੀਰ ਸੱਟ ਨਾਲ ਫਟੜ ਸਹਿਜਵੀਰ ਸਿੰਘ ਵੀ ਇਸ ਰੇਸ ਵਿੱਚ ਹੈ। ਅਸੀਂ ਉਸ ਦੇ ਜਜ਼ਬੇ ਨੂੰ ਸਲਾਮ ਕਰਦੇ ਹਾਂ ਕਿ ਫਿਰ ਵੀ ਉਹ ਇਸ ਰੇਸ ਵਿੱਚ ਹਿੱਸਾ ਲੈਣ ਆਇਆ, ਪਰ ਦੇਖਣਾ ਇਹ ਹੈ ਕਿ ਉਹ ਰੇਸ ਨੂੰ ਪੂਰੀ ਕਰ ਪਾਉਂਦਾ ਹੈ ਕਿ ਨਹੀਂ। ਬੈਸਟ 8 ਪਲੇਅਰ ਪੰਜਾਬ ਦੇ ਇਸ ਵਿੱਚ ਹਿੱਸਾ ਲੈ ਰਹੇ ਨੇ। ਇਸ ਵਿੱਚ ਜੇਤੂ ਪਲੇਅਰ ਨੈਸ਼ਨਲ ਗੇਮਸ ਲਈ ਕੁਆਲੀਫਾਈ ਕਰਨਗੇ। ਰੇਸ ਸਟਾਰਟ ਹੋ ਚੁੱਕੀ ਹੈ। ਦੋ ਸੌ 51 ਨੰਬਰ ਸਹਿਜਵੀਰ ਸਿੰਘ ਅਤੇ 5 ਨੰਬਰ ਵਿਕਰਮ ਚੋਪੜਾ ਦੇ ਵਿੱਚ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪਰ ਇਹ ਕੀ, ਸਹਿਜਵੀਰ ਸਿੰਘ ਜੋ ਇੱਕ ਮਹੀਨਾ ਪਹਿਲੇ ਗੰਭੀਰ ਰੂਪ ਨਾਲ ਘਾਇਲ ਹੋ ਗਿਆ ਸੀ, ਉਹ ਲੀਡ ਕਰਦਾ ਹੋਇਆ ਰੇਸ ਨੂੰ। 251 ਸਹਿਜਵੀਰ ਸਿੰਘ, ਪੁਰਾਣੇ ਵਿਜੇਤਾ, 5 ਨੰਬਰ ਵਿਕਰਮ ਚੋਪੜਾ। ਲੱਗਦਾ ਹੈ ਇਹ ਤਾਂ ਕੁਦਰਤ ਦਾ ਇੱਕ ਕਰਿਸ਼ਮਾ ਹੋ ਚੁੱਕਾ ਹੈ। ਬਹੁਤ ਹੀ ਵਧੀਆ ਕਦਮਾਂ ਦੇ ਨਾਲ ਅਜੇ ਤੱਕ ਉਸਨੇ ਕਿਸੇ ਵੀ ਐਥਲੀਟ ਨੂੰ ਆਪਣੇ ਨਾਲ ਨਹੀਂ ਆਉਣ ਦਿੱਤਾ। ਅਤੇ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਹੀ ਵਧੀਆ ਟਾਈਮ ਲੈ ਕੇ, ਬਹੁਤ ਹੀ ਵਧੀਆ ਟਾਈਮ ਦੇ ਨਾਲ ਅਗਰ ਇਹ ਇੱਦਾਂ ਹੀ ਰੇਸ ਨੂੰ ਪੂਰੇ ਕਰ ਗਿਆ ਤਾਂ ਬਹੁਤ ਹੀ ਵਧੀਆ ਟਾਈਮ ਦੇਖਣ ਨੂੰ ਮਿਲੇਗਾ। ਥੋੜ੍ਹੀ ਹੀ ਰੇਸ ਬਚੀ ਹੈ ਅਤੇ ਜਿੱਤ ਚੁੱਕਾ ਹੈ ਸਹਿਜਵੀਰ, ਮਰੇਕਲ ਹੋ ਚੁੱਕਾ ਹੈ, ਕਰਿਸ਼ਮਾ ਹੋ ਚੁੱਕਾ ਹੈ ਤੁਹਾਡੇ ਸਾਹਮਣੇ ਫਿਨਿਸ਼ਿੰਗ ਲਾਈਨ ਦੇ ਕੋਲ। 400 ਮੀਟਰ ਰੇਸ ਦੇ ਤਾਜ ਨੂੰ ਪਹਿਨਿਆ ਹੈ ਸਹਿਜਵੀਰ ਸਿੰਘ ਨੇ। ਇਹ ਤਾਂ ਮਹਿਜ਼ ਇੱਕ ਸ਼ੁਰੂਆਤ ਸੀ ਜਿਸ ਨੇ ਸਾਬਿਤ ਕਰਤਾ ਕਿ ਮਿਹਨਤ, ਹਿੰਮਤ ਅਤੇ ਲਗਨ ਨਾਲ ਹਰ ਇੱਕ ਮੰਜ਼ਿਲ ਨੂੰ ਸਰ ਕੀਤਾ ਜਾ ਸਕਦਾ ਹੈ।
सहज ने अपनी मेहनत नाल खेडा विच हर मुकाम हासिल किया जिसकी हर एक खिडारी उम्मीद करता है। तो फिर वो दिन भी आया जिसका सुपना हर वो खिडारी वेखता है जो खेडा लिए समर्पित है। भारत का खेडा लिए सब तो उच्चा पुरस्कार अर्जुन अवार्ड। हैप्पी सिंह का सफर बस इतने तक से। सरकार दी पॉलिसियां ने हैप्पी सिंह का सहज नाल खेडा सफर बस इतने ही रोकता, पर हैप्पी सिंह इसका कोई भी शिकवा नहीं। उसने सहज से जो मेहनत की सी वो रंग लियाई है। हैप्पी सिंह अजकल सहज वर्गे अनेक बच्चों उन्होंने मंजिलों तक पहुँचाने लिए समर्पित है। साडा नैशनल स्पोर्ट्स डे उन्हां महान खिडारियों नूं समर्पित है जिन्हां वख-वख खेडां राहीं दुनिया विच भारत दा नाम रोशन कीता है। तुसीं भारत दीआं खेडां दा भविख हो। तुसीं भी इन्हां महान खिडारियों दी कतार विच आउण दा माण प्राप्त करना है। अज असीं दौड़ दा आगाज़ करन लई जिस महान खिडारी नूं इनवाइट कीता है उसने भी अपनी मेहनत नाल भारत दे झंडे नूं उच्चा कीता है। अर्जुन अवार्डी सहजवीर सिंह। ਆਪਣੇ ਆਪ ਤੇ ਯਕੀਨ ਰੱਖ। ਯਕੀਨ ਤੇ ਜਜ਼ਬਾ ਜਦੋਂ ਜਨੂਨ ਬਣ ਜਾਂਦਾ ਨਾ, ਤੈਨੂੰ ਅਰਜਨ ਵਾਂਗ ਨਹੀਂ ਹੋਇਆ, ਸਿਰਫ ਚਿੜੀ ਵੀ ਹਾਸਲ ਕਰਨੀ ਕਰਾਉਣੀ ਚਾਹੀਦੀ ਇਸ ਕਰਕੇ ਆਖਲਾ ਆਸੇ ਪਾਸੇ ਦੇ ਆਪਣੇ ਆਪ ਤੇ ਯਕੀਨ ਰੱਖ। ਯਕੀਨ ਹੌਸਲਾ ਪੈਦਾ ਕਰਦਾ ਹੈ, ਸੋਚ ਆ ਜਾਂ ਚਿੜੀਆਂ ਨਹੀਂ। ਚੈਂਪੀਅਨ ਦੇਖਣਾ ਚਾਹੁੰਦਾ ਮੇਰੀ ਪਿਸਟਲ। शर्मा जी, आज से आपकी बेटी हमारी बहू हुई। मुबारक जी, मुबारक। लीजिए, मुंह मीठा कीजिए। दीदी, जीजू बहुत हैंडसम है। चुप। लेकिन हमारी बेटी शादी से पहले अब्रॉड में पढ़ना चाहती है। तो फिर वीजा के लिए कहाँ से अप्लाई किया? पिनेकल एजुकेशन एंड इमिग्रेशन कंसल्टिंग। सुनिए जी, शादी भले ही 2 साल बाद हो पर मेरी बहू तो यही बनेगी।
वधेरे जानकारी ले मिलो ऑपोजिट प्रेसिडेंट होटल मैग्नम मॉल फर्स्ट फ्लोर जालंधर या संपर्क करो ब्रांच ऑफिस लुधियाना खन्ना अमृतसर मोगा बठिंडा फरीदकोट गुरदासपुर फिरोजपुर जीरा कॉल करो 85578 85578। क्या हम भी टूरिस्ट वीजा के लिए पिनाकल वालों से अप्लाई कर ले? चंगा मां मैं फाइल लगा जा रहा हूं। अरे दिखता नहीं है क्या? कपना 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 Pinnacle Immigration, opposite President Hotel, Magnum Mall, first floor, Jalandhar. Call karo 85578 85578. Pinnacle Immigration, jo samjhan tuhade dil di gal. जनगाथा टाइम्स सबकी खबर।